तन मन हरे Mama, mama.
बसंत है। लाल रंग तिस कौल दा, लाल रंग तिस कौल दा, जिसके बड़ भा
Thank you.
ਸਰਬੱਤ ਸੰਗਤ ਨੂੰ ਜੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਜੋ ਪਾਵਨ ਹੋਲੇ ਮਹੱਲੇ ਦਾ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ, ਸਰਬੱਤ ਸੰਗਤ ਨੂੰ ਲੱਖ ਲੱਖ ਮੁਬਾਰਕ ਹੋਵੇ। ਸੋ ਇਹ ਜਿਹੜਾ ਰਾਗ ਬਸੰਤ ਹੈ, ਇਹ ਮਾਘੀ ਤੋਂ ਸ਼ੁਰੂ ਹੁੰਦਾ ਹੈ ਅਤੇ ਗੁਰਮਤਿ ਦੇ ਵਿੱਚ ਜਿਸ ਦਿਨ ਹੋਲਾ ਮਹੱਲਾ ਹੁੰਦਾ ਹੈ ਉਸ ਦਿਨ ਇਹਦਾ ਭੋਗ ਪਾ ਕੇ ਸਮਾਪਤੀ ਕੀਤੀ ਜਾਂਦੀ ਹੈ। ਇੱਕ ਵੱਡਾ ਸਮਾਗਮ ਬਸੰਤ ਰਾਗ ਦਾ ਰੱਖਿਆ ਜਾਂਦਾ ਹੈ ਗੁਰਮਤਿ ਦੇ ਵਿੱਚ, ਅਤੇ ਜਦੋਂ ਬਸੰਤ ਰਾਗ ਦਾ ਭੋਗ ਪਾਇਆ ਜਾਂਦਾ ਹੈ। ਸੋ ਇੰਡੀਆ ਦੇ ਵਿੱਚ ਜੋ ਹੈ ਹੋਲੇ ਮਹੱਲੇ 'ਤੇ ਇਹਦਾ ਭੋਗ ਪੈ ਚੁੱਕਿਆ ਹੈ, ਕਿਉਂਕਿ ਅਸੀਂ ਇਹ ਸਮਾਗਮ ਮਨਾ ਰਹੇ ਹਾਂ ਹੋਲੇ ਮਹੱਲੇ ਦਾ। ਸੋ ਅੱਜ ਮਹਾਰਾਜ ਬਖਸ਼ਿਸ਼ ਕਰਨ, ਇੱਥੇ ਅੱਜ ਜਿਹੜੀ ਹੈ ਬਸੰਤ ਰਾਗ ਦੀ ਸਮਾਪਤੀ ਹੋਏਗੀ, ਅਤੇ ਇਹ ਜਿਹੜਾ ਰਾਗ ਹੈ ਸ਼ੁੱਧ ਬਸੰਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ। ਆਓ ਸਾਰੇ ਰਲ ਮਿਲ ਕੇ ਸਾਰੇ ਸਰਵਣ ਕਰੀਏ, ਸਾਰੇ ਜੁੜੀਏ। ਬਸੰਤ ਮਹੱਲਾ ਪੰਜਵਾਂ, ਤਰ ਪਹਿਲਾ ਬੁੱਤ ਕੇ ਇੱਕ ਓੰਕਾਰ, ਸਤਿਗੁਰ ਪ੍ਰਸਾਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀਓ ਮਹਾਰਾਜ। ਹੋਲੀ ਕੀ ਸੰਤ ਸੇਵਾ, ਹੋਲੀ ਕੀ ਸੰਤ ਸੇਵਾ, ਹੋਲੀ ਕੀ ਸੰਤ ਸੇਵਾ, ਹੋਲੀ ਕੀ ਸੰਤ ਸੇਵਾ, ਹੋਲੀ ਕੀ ਸੰਤ ਸੇਵਾ।
आज हमारे ग्रह पसंद आज हमारे गुण गाए प्रभु तुम बेअंत
ਵਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾ ਜਿਵੇਂ ਹੋਲੇ ਮਹੱਲੇ 'ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ ਅਤੇ ਉੱਥੇ ਜੌਹਰ ਦਿਖਾਉਂਦੇ ਨੇ ਨਿਹੰਗ ਸਿੰਘ ਕਲਾ ਦੇ ਸ਼ਸਤਰਾਂ ਦੀ ਕਲਾ ਦੇ ਸੋ ਹੁਕਮ ਹੋਇਆ ਸੀ ਕਿ ਹੋਲੇ ਮਹੱਲੇ 'ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਮੁਖਾਰਵਿੰਦ ਵਿੱਚੋਂ ਉਚਰਿਆ ਹੋਇਆ ਜਿਹੜਾ ਸ਼ਬਦ ਹੈ ਸੰਗੀਤ ਭੁਜੰਗ ਪ੍ਰਿਆਤ ਛੰਦ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਸ਼੍ਰੀ ਦਸਮ ਗ੍ਰੰਥ ਦੇ ਵਿੱਚੋਂ ਉਹ ਜ਼ਰੂਰ ਪੜ੍ਹਨਾ ਹੈ ਸੋ ਆਓ ਸਾਰੇ ਮਿਲ ਕੇ ਹਾਜ਼ਰੀਆਂ ਲਵਾਇਓ ਮਹਾਰਾਜ ਸੰਗੀਤ ਭੁਜੰਗ ਪ੍ਰਿਆਤ ਛੰਦ ਝਾਗੜਦੰ ਨਾਗੜਦੰ ਬਾਗੜਦੰ ਬਾਜੇ ਝਾਗੜਦੰ ਨਾਗੜਦੰ ਬਾਗੜਦੰ ਬਾਜੇ ਝਾਗੜਦੰ ਨਾਗੜਦੰ ਬਾਗੜਦੰ ਬਾਜੇ ਇਸ ਛੰਦ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਮ ਦੇ ਨਾਲ ਜੋ ਜੰਗ ਦੇ ਵਿੱਚ ਸ਼ਸਤਰ ਆਪਸ ਵਿੱਚ ਵੱਜਦੇ ਨੇ ਅਤੇ ਜਿਹੜੀਆਂ ਖਣਕਾਰਾਂ ਹੁੰਦੀਆਂ ਜਿਹੜੀ ਉਹਨਾਂ ਦੀ ਆਵਾਜ਼ ਆਉਂਦੀ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਮ ਦੇ ਨਾਲ ਉਹਨੂੰ ਜਿਹੜਾ ਸ਼ਬਦਾਂ ਦੇ ਵਿੱਚ ਪਰੋਇਆ ਹੈ ਕਿ ਕਾਗੜਦਮ ਕਾਤੀ ਕਟਾਰੀ ਕੜਾਕੰ ਕਾਗੜਦਮ ਤੀਰੰ ਦੁੱਖੰ ਕੜਾਕੰ ਕਿ ਜਦੋਂ ਸ਼ਸਤਰ ਆਪਸ ਦੇ ਵਿੱਚ ਟਕਰਾਉਂਦੇ ਨੇ ਤੇ ਕਿਵੇਂ ਦੀਆਂ ਆਵਾਜ਼ਾਂ ਆਉਂਦੀਆਂ ਕੀ
वहे सिंध सिर्फ 5 मिनट की होर हाजिरी है, थोड़ा जा समा उपर हो जाएगा, पर होले महल्ले दे इस शुभ पावन पर्व दे उते भाई नंद लाल जी की कलम दे विचों लिखी हुई गजल भाई नंद लाल जी की कलम दे विचों लिखी हुई है गजल जहे पिचकारीए पुर जाफरानी के हर बेरंग रा खुश रंगो बू करद की धन गुरु गोबिंद सिंह जी महाराज ने ये उन्हां दी एक भावना है कि गुरु साहब जी ने पिचकारी दे विच भर के ऐसा रंग पिचकारी दे विच भर के सारी संगत दे उत्ते उहदा फुहारा मारिया कि कहिंदे ने कि हर बेरंग रा खुश रंगो बू करद कि जिन्नियां बेरंग रूहां सी संगत दे विच कि उह सारियां महाराज ने रंगीन कर दित्तियां। सो आओ सिर्फ 5 मिनट की हाजिरी, उस तो बाद समाप्ति है। ये भाई नंद लाल जी की गजल जहे पिचकारीए पुर जाफरानी जहे पिचकारीए पुर जाफरानी जहे पिचकारीए पुर जाफरानी
ਗੁਲਾਲ ਅਫਸ਼ਾਨੀਏ ਦਸਤੇ ਮੁਬਾਰਕ ਕਿ ਆਪਣੇ ਮੁਬਾਰਕ ਹੱਥਾਂ ਦੇ ਨਾਲ ਮਹਾਰਾਜ ਨੇ ਜਿਹੜਾ ਗੁਲਾਲ ਹੈ ਉਹ ਜਿਹੜਾ ਰੰਗ ਹੈ ਕੇਸਰੀਆ ਰੰਗ ਹੈ ਉਹ ਮਹਾਰਾਜ ਨੇ ਇਵੇਂ ਸਾਰੀ ਸੰਗਤ ਦੇ ਉੱਤੋਂ ਦੀ ਉਡਾਇਆ ਕਿ ਜ਼ਮੀਨੋ ਆਸਮਾਰਾ ਸੁਰਖਰੂ ਕਰਦ ਕਿ ਉਸੇ ਵੇਲੇ ਜਿਹੜਾ ਜ਼ਮੀਨ ਆਸਮਾਂ ਇਵੇਂ ਜਾਪਿਆ ਜਿਵੇਂ ਸਾਰਾ ਸੁਰਖਰੂ ਹੋ ਗਿਆ ਹੋਵੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਰੰਗਿਆ ਹੋਵੇ ਕੀ ਕਹਿੰਦੇ ਨੇ ਕਹਿੰਦੇ ਦੋ ਆਲਮ ਗਸ਼ਤ ਰੰਗੀਨ ਅਜ ਤੁਫੈਲਸ਼ ਜੋ ਸ਼ਾਹਮ ਜਾਮਾ ਰੰਗੀ ਦਰ ਗੁਲੂ ਕਰਦ ਕਿ ਜਿਹੜੇ ਦੋਨੋਂ ਆਲਮ ਨੇ ਲੋਕ ਅਤੇ ਪਰਲੋਕ ਨੇ ਉਹ ਸਾਰੇ ਰੰਗੇ ਗਏ ਅਤੇ ਜਿਹੜਾ ਮਹਾਰਾਜ ਦਾ ਜਾਮਾ ਸੀ ਨਾ ਉਹ ਵੀ ਓਨਾ ਹੀ ਰੰਗੀਨ ਹੋ ਗਿਆ ਮੁਰਾਦ ਉਮਰ ਰਾ ਹਾਸਿਲ ਨਿਕੋ ਕਰਦ ਕਸੇ ਕੋ ਦੀਦ ਦੀਦਾਰ ਮੁਕੱਦਸ ਕਿ ਇਹੋ ਜਿਹੇ ਦਰਸ਼ਨ ਮੁਬਾਰਕ ਨੇ ਇਹ ਭਾਗਾਂ ਦੇ ਨਾਲ ਮਿਲਦੇ ਨੇ ਕਿ ਉਮਰਾਂ ਦੀ ਇਹ ਜਿਹੜੀ ਭਾਗ ਹੈ ਉਮਰਾਂ ਦੀ ਜਿਹੜੀ ਇੰਤਜ਼ਾਰ ਹੈ ਉਹਦੇ ਤੋਂ ਬਾਅਦ ਇਹੋ ਜਿਹੇ ਦੀਦਾਰ ਮਹਾਰਾਜ ਦੇ ਗੁਰੂ ਸਾਹਿਬ ਬਖਸ਼ਦੇ ਨੇ ਅਤੇ ਭਾਈ ਨੰਦ ਲਾਲ ਜੀ ਕੀ ਕਹਿੰਦੇ ਨੇ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ ਦਿਲ ਗੋਇਆ ਹਮੀਰਾ ਆਰਜ਼ੂ ਕਰਦ ਕਿ ਇਸ ਸੰਗਤ ਦੀ ਜਿਹੜੀ ਚਰਨਾਂ ਦੀ ਧੂੜ ਹੈ ਉਹਦੇ ਤੋਂ ਮੈਂ ਕੁਰਬਾਨ ਜਾਂਦਾ ਹਾਂ ਅਤੇ ਸਾਰੀ ਉਮਰ ਲਈ ਸਾਰੀ ਜ਼ਿੰਦਗੀ ਦੇ ਲਈ ਇਹ ਮੈਂ ਆਰਜ਼ੂ ਕਰਦਾ ਹਾਂ ਦਿਲ ਗੋਇਆ ਹਮੀਰਾ ਆਰਜ਼ੂ ਕਰਦ ਕਿ ਮੈਂ ਇਹ ਆਰਜ਼ੂ ਕਰਦਾ ਹਾਂ ਇਹ ਅਰਦਾਸ ਕਰਦਾ ਹਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਹਮੇਸ਼ਾ ਮੈਨੂੰ ਸੰਗਤ ਦੀ ਉਸ ਧੂੜ ਦੇ ਨਾਲ ਜੋੜ ਕੇ ਰੱਖਿਓ ਸ਼ਰਮ